ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੋਸਤੋ। ਇਸ ਟਾਈਮ ਅਸੀਂ ਖੜ੍ਹੇ ਹਾਂ ਜਲੰਧਰ ਦੇ PAP ਚੌਂਕ ਦੇ ਵਿੱਚ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਜਲੰਧਰ ਦਾ ਦੌਰਾ ਕਰ ਰਹੇ ਨੇ। ਇੱਥੇ ਬਹੁਤ ਵੱਡੀ ਇੱਕ ਰੈਲੀ ਕੀਤੀ ਜਾ ਰਹੀ ਹੈ। ਕੱਲ੍ਹ ਵੀ ਪਟਿਆਲੇ ਦੇ ਵਿੱਚ ਪਰਨੀਤ ਕੌਰ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ। ਪੁਖਤਾ ਪ੍ਰਬੰਧ ਦੇਖੋ, ਤੁਸੀਂ ਦੇਖ ਸਕਦੇ ਹੋ ਪੂਰਾ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ, ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਆਉਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ। ਪਿਛਲੀ ਵਾਰ ਵੀ ਫਿਰੋਜ਼ਪੁਰ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਸੀ ਨਰਿੰਦਰ ਮੋਦੀ ਦੀ, ਉਸ ਵਿੱਚ ਜਿਹੜੀ ਨਰਿੰਦਰ ਮੋਦੀ ਰੈਲੀ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਬਹੁਤ ਜ਼ਬਰਦਸਤ ਜਿਹੜੀ ਦੱਸ ਰਹੇ ਸੀਗੇ ਕਿ ਅਣਗਹਿਲੀ ਹੋਈ ਆ, ਉਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਉੱਤੇ ਬਹੁਤ ਵੱਡੇ ਸਵਾਲ ਖੜ੍ਹੇ ਹੋ ਗਏ ਸੀ। ਹੁਣ ਦੁਬਾਰਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ, ਕਿਸੇ ਵੀ ਵਾਹਨ ਨੂੰ ਜਿਹੜੀ ਬਿਨਾਂ ਚੈਕਿੰਗ ਤੋਂ ਨਹੀਂ ਕੱਢਿਆ ਜਾ ਰਿਹਾ। ਤੁਸੀਂ ਸਾਹਮਣੇ ਦੇਖ ਸਕਦੇ ਪੂਰੀ ਪੁਖਤਾ ਪ੍ਰਬੰਧ ਜਿਹੜੇ ਆ ਉਹ ਪੰਜਾਬ ਪੁਲਿਸ ਦੇ ਜਿਹੜੇ ਕੀਤੇ ਹੋਏ ਆ। ਜਲੰਧਰ ਦੇ PAP ਦੇ ਵਿੱਚ ਅੱਜ ਜਿਹੜੀ ਗਰਾਊਂਡ ਹਾਊਸ ਦੇ ਵਿੱਚ ਜਿਹੜੀ ਰੈਲੀ ਕੀਤੀ ਜਾ ਰਹੀ ਹੈ, ਪੂਰੀ ਜਿਹੜੀ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਹੈ। ਇੱਥੇ ਪੁਖਤਾ ਪ੍ਰਬੰਧ ਜਿਹੜੇ ਇੱਥੇ ਕੀਤੇ ਹੋਏ ਨੇ ਸਾਰੇ। ਬਹੁਤ ਵੱਡੀ ਜਿਹੜੀ ਰੈਲੀ ਆ ਉਹ ਜਲੰਧਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਜਲੰਧਰ PAP ਗਰਾਊਂਡ ਦੇ ਵਿੱਚ ਆ ਰਹੇ ਆ। ਪੁਖਤਾ ਪ੍ਰਬੰਧ ਜਿਹੜੇ ਤੁਹਾਨੂੰ ਦਿਖਾ ਰਹੇ ਆ ਇੱਥੇ ਦੇ PAP ਦੇ ਵਿੱਚ ਜਿਹੜੀ ਆ ਉਹ ਰੈਲੀ ਕੀਤੀ ਜਾ ਰਹੀ ਆ ਅਤੇ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ। PAP ਚੌਂਕ ਦੇ ਵਿੱਚ ਅਸੀਂ ਖੜ੍ਹੇ ਹਾਂ ਇਸ ਟਾਈਮ। ਜਿਹੜੀ ਅੱਜ 4 ਵਜੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਥੇ ਆ ਰਹੇ ਆ, ਜਿਹੜੇ ਕਿਸਾਨਾਂ ਵੱਲੋਂ ਵੀ ਜਿਹੜਾ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ, ਉਹਨਾਂ ਨੂੰ ਦੇਖ ਕੇ ਜਿਹੜਾ ਵਾ ਇੱਥੇ ਬੜੇ ਪੁਖਤਾ ਪ੍ਰਬੰਧ ਕੀਤੇ ਆ। ਕਾਫੀ ਦੇਰ ਤੋਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਆ ਉਹ ਰੋਸ ਪ੍ਰਦਰਸ਼ਨ ਕਰ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ, ਜਿਹੜਾ ਅੱਜ ਇੱਥੇ ਦੁਬਾਰਾ ਪ੍ਰਸ਼ਾਸਨ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ, ਕਾਫੀ ਜਿਹੜੀ ਚੈਕਿੰਗ ਕੀਤੀ ਜਾ ਰਹੀ। ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਗੱਡੀਆਂ ਦੀ ਚੈਕਿੰਗ ਕੀਤੀ, ID ਪਰੂਫ ਜਿਹੜੇ ਦੇਖੇ ਜਾ ਰਹੇ ਨੇ, ਮੀਡੀਆ ਨੂੰ ਵੀ ਅੰਦਰ ਜਾਣ ਤੋਂ ਜਿਹੜੀ ਮਨਾਹੀ ਕੀਤੀ, ਉਹਨਾਂ ਦੇ ID ਪਰੂਫ ਚੈੱਕ ਕੀਤੇ ਜਾ ਰਹੇ ਆ। ਤੁਸੀਂ ਦੇਖ ਸਕਦੇ ਹੋ ਬਹੁਤ ਪੁਖਤਾ ਪ੍ਰਬੰਧ ਜਿਹੜੇ ਇੱਥੇ ਕੀਤੇ ਗਏ ਨੇ ਅਤੇ ਜਗ੍ਹਾ ਜਗ੍ਹਾ ਜਿਹੜੇ ਆ ਜਲੰਧਰ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ। ਪਿੱਛੇ ਤੁਸੀਂ ਦੇਖ ਸਕਦੇ ਹੋ ਕਾਫੀ ਗੱਡੀਆਂ ਜਿਹੜੀਆਂ ਇੱਥੇ ਫੋਰਸ ਦੀਆਂ ਲੱਗੀਆਂ ਹੋਈਆਂ, ਇੱਧਰ ਵੀ ਜਿਹੜੀ ਨਜ਼ਰ ਮਰਵਾਉਂਦੇ ਆ ਤੁਹਾਨੂੰ ਕਾਫੀ ਜਿਹੜੀ ਫੋਰਸ ਦੇਖਣ ਨੂੰ ਮਿਲ ਰਹੀ ਆ। ਫਿਰੋਜ਼ਪੁਰ ਦੇ ਵਿੱਚ ਰੈਲੀ ਸੀ ਬਹੁਤ ਵੱਡੀ ਜਿਹੜੀ ਨਰਿੰਦਰ ਮੋਦੀ ਦੀ, ਉੱਥੇ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ, ਜਿਹੜੀ ਰੈਲੀ ਨਹੀਂ ਹੋਈ ਸੀ। ਉਸ ਤੋਂ ਬਾਅਦ ਜਿਹੜੇ ਦੁਬਾਰਾ ਅੱਜ ਜਲੰਧਰ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਉਹਨੂੰ ਲੈ ਕੇ ਅੱਜ ਜਿਹੜੀ ਹੈ ਇੱਥੇ ਰੈਲੀ ਹੋਣ ਜਾ ਰਹੀ ਹੈ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਆ ਰਹੇ ਨੇ, ਉਹਨਾਂ ਨੂੰ ਦੇਖ ਕੇ ਜਿਹੜੀ ਆ ਪੁਖਤਾ ਪ੍ਰਬੰਧ ਜਿਹੜੇ ਇੱਥੇ ਬਹੁਤ ਜ਼ਿਆਦਾ ਕੀਤੇ ਗਏ ਨੇ। ਜਗ੍ਹਾ ਜਗ੍ਹਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ, ਬਹੁਤ ਵੱਡੀ ਜਿਹੜੀ ਨਰਿੰਦਰ ਮੋਦੀ ਦੀ ਇੱਥੇ ਰੈਲੀ ਹੋ ਰਹੀ ਹੈ। ਸੁਸ਼ੀਲ ਕੁਮਾਰ ਰਿੰਕੂ ਜਿਹੜੇ ਜਲੰਧਰ ਤੋਂ ਆਮ ਆਦਮੀ ਪਹਿਲੇ ਸੀਗੇ, ਬਾਅਦ ਵਿੱਚ ਉਹਨਾਂ ਨੇ BJP ਜੁਆਇਨ, ਉਹਨਾਂ ਦੇ ਹੱਕ ਦੇ ਵਿੱਚ ਇੱਕ ਰੈਲੀ ਬਹੁਤ ਵੱਡੀ ਕੀਤੀ ਜਾ ਰਹੀ ਹੈ ਅਤੇ ਬਹੁਤ ਵੱਡਾ ਇੱਕ ਐਲਾਨ ਵੀ ਜਿਹੜਾ ਵਾ ਦੇਖਣ ਨੂੰ ਹੋ ਸਕਦਾ ਹੈ ਕਿ ਨਰਿੰਦਰ ਮੋਦੀ ਜਿਹੜਾ ਐਲਾਨ ਜਿਹੜਾ ਉਹ ਕਰ ਸਕਦੇ ਨੇ। ਤੁਸੀਂ ਦੇਖ ਸਕਦੇ ਹੋ ਪੁਖਤਾ ਜਿਹੜੇ ਪ੍ਰਬੰਧ ਕੀਤੇ ਆ, ਬੈਰੀਗੇਟ ਲਗਾਏ ਹੋਏ ਆ ਇੱਥੇ ਪੂਰੀ ਜਿਹੜੀ PAP ਦੇ ਵਿੱਚ ਜਿਹੜੇ ਆ ਗਰਾਊਂਡ ਹਾਊਸ ਦੇ ਵਿੱਚ ਅੱਜ ਰੈਲੀ ਕੀਤੀ ਜਾਏਗੀ। ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਜਿਹੜੀ ਰੈਲੀ ਕਰਨਗੇ, ਉਸ ਤੋਂ ਬਾਅਦ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜਾ ਸੰਬੋਧਨ ਕਰਨਗੇ ਲੋਕਾਂ ਨੂੰ, ਪਹਿਲੇ ਜਲੰਧਰ ਦੇ ਵਿੱਚ ਜਿਹੜੀ ਰੈਲੀ ਕੀਤੀ ਜਾਏਗੀ, ਹੁਣ ਉਸ ਤੋਂ ਬਾਅਦ ਜਿਹੜੀ ਗੁਰਦਾਸਪੁਰ ਨੂੰ ਜਿਹੜਾ ਰਵਾਨਾ ਹੋਣਗੇ ਇੱਥੋਂ, ਅਤੇ ਬਹੁਤ ਵੱਡੀ ਜਿਹੜੀ ਜਲੰਧਰ ਦੇ ਵਿੱਚ ਰੈਲੀ ਅੱਜ ਕੀਤੀ ਜਾਣੀ ਹੈ। ਜਲੰਧਰ ਦੇ PAP ਚੌਂਕ ਦੇ ਵਿੱਚ ਇਸ ਟਾਈਮ ਖੜ੍ਹੇ ਹਾਂ। ਕਾਫੀ ਜਿਹੜਾ ਦੇਖਣ ਨੂੰ ਇੱਥੇ ਫੋਰਸ ਲਗਾਈਆਂ ਗਈਆਂ ਨੇ, ਬਾਹਰੋਂ ਵੀ ਜਿਹੜੀ ਫੋਰਸ ਮੰਗਾਈ ਗਈ ਹੈ ਕਿ ਕੋਈ ਵੀ ਜਿਹੜੀ ਸਿਕਿਉਰਿਟੀ ਦੇ ਵਿੱਚ ਅਣਗਹਿਲੀ ਨਾ ਵਰਤੀ ਜਾਵੇ। ਇਸ ਨੂੰ ਲੈ ਕੇ ਅੱਜ ਇੱਥੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਨੇ, ਕਾਫੀ ਜਿਹੜੀ ਫੋਰਸ ਦੇਖਣ ਨੂੰ ਇੱਥੇ ਮਿਲ ਰਹੀ ਆ। ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਜਿਹੜੀ ਆ ਗੱਡੀਆਂ ਦੀ ਚੈਕਿੰਗ ਜਿਹੜੀ ਕੀਤੀ ਆ, ਉਹਨਾਂ ਦੇ ID ਪਰੂਫ ਜਿਹੜੇ ਆ ਉਹ ਚੈੱਕ ਕੀਤੇ ਜਾ ਰਹੇ ਆ ਪ੍ਰੋਪਰ, ਕਿ ਉਹਨਾਂ ਕੋਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਕਿੱਥੋਂ ਆਏ ਹੋਣ, ਕਿਹੜੀ ਜਗ੍ਹਾ ਜਾਣਾ ਵਾ। ਦੇਖੋ ਪ੍ਰੋਪਰ ਪੂਰੀ ਤਰ੍ਹਾਂ ਜਿਹੜੀ ਸਿਕਿਉਰਿਟੀ ਪੂਰੀ ਇਸ ਟਾਈਮ ਪੂਰੀ
ਕੀਤੀ ਹੋਈ ਹੈ ਪੰਜਾਬ ਪੁਲਿਸ ਦੇ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਡਿਊਟੀ ਜਿਹੜੀ ਨਿਭਾਈ। ਜਵਾਨ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਜਿਹੜੇ ਧੁੱਪ ਦੇ ਵਿੱਚ ਖੜ੍ਹੇ ਹੋਏ ਨੇ ਅਤੇ ਪੂਰੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮ ਜਿਹੜੀ ਪੂਰੀ ਗੱਡੀਆਂ ਦੀ ਚੈਕਿੰਗ ਕਰ ਰਹੇ, ਪਿੱਛੇ ਤੁਸੀਂ ਦੇਖ ਸਕਦੇ ਹੋ ਪੂਰੀ ਚੈਕਿੰਗ ਕਰ ਰਹੇ, ਅੰਦਰ ਜਾਣ ਵਾਲੇ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਜਾ ਰਹੀ, ਆਈਡੀ ਪਰੂਫ ਉਹਨਾਂ ਦੇ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਅਤੇ ਦੇਖ ਸਕਦੇ ਪੂਰੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਕੋਲ, ਤੁਸੀਂ ਕਿੱਥੇ ਜਾਣਾ, ਕਿਹੜੀ ਜਗ੍ਹਾ ਨਾ। ਫਿਰੋਜ਼ਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਸੀ, ਨਰਿੰਦਰ ਮੋਦੀ ਦੀ ਰੈਲੀ ਹੋਈ ਸੀ, ਉਹਦੇ ਵਿੱਚ ਬੜੀ ਚੁੱਕ ਹੋਈ ਸੀਗੀ ਜਿਹੜੀ ਸਿਕਿਉਰਿਟੀ ਨੂੰ ਲੈ ਕੇ। ਉਸ ਤੋਂ ਬਾਅਦ ਜਿਹੜੇ ਪੁਖਤਾ ਪ੍ਰਬੰਧ ਆ ਜਿਹੜੇ ਉਹ ਕੀਤੇ ਗਏ ਆ, ਕਾਫੀ ਜਿਹੜੀ ਫੋਰਸ ਦੇਖਣ ਨੂੰ ਮਿਲ ਰਹੀ ਹੈ ਇੱਥੇ। ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਕਿਵੇਂ ਇਹਦੇ ਪ੍ਰਬੰਧ ਜਿਹੜੇ ਕੀਤੇ ਹੋਏ ਆ। ਸਤਿ ਸ਼੍ਰੀ ਅਕਾਲ ਸਰ, ਸਰ ਕਿਵੇਂ ਇਹਦੇ ਪ੍ਰਬੰਧ ਕੀਤੇ ਹੋਏ ਆ, ਦੱਸੋ, ਸਾਨੂੰ ਜਾਣਕਾਰੀ ਦਿਓ। ਪ੍ਰਬੰਧ ਬਹੁਤ ਵਧੀਆ ਨੇ, ਬੜੇ ਸਖਤ ਨੇ, ਪੁਖਤਾ ਨੇ ਅਤੇ ਬਾਕੀ ਸਾਡੇ ਸੀਨੀਅਰ ਅਫਸਰ ਸਾਹਿਬਾਨ ਬੈਠੇ ਨੇ, ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ। ਅਤੇ ਕਿਵੇਂ ਦਾ ਮਾਹੌਲ ਬਣ ਰਿਹਾ, ਕਿ ਕਿਵੇਂ ਆਈਡੀ ਪਰੂਫ ਚੈੱਕ ਕੀਤੇ ਜਾ ਰਹੇ, ਇਹਨਾਂ ਦੇ ਸਾਰੀ ਜਾਣਕਾਰੀ ਸਾਨੂੰ ਦਿਓ। ਆਈਡੀ ਪਰੂਫ ਸਾਰੇ ਚੈੱਕ ਹੋ ਕੇ ਜਾ ਰਹੇ ਨੇ, ਸਾਡੇ ਕੋਲ ਲਿਸਟਾਂ ਜਿਹੜੇ ਗੱਡੀਆਂ ਜਾਣੀਆਂ ਦਾ ਜਿੱਦਾਂ ਵੀ ਹੈਗੀਆਂ ਪ੍ਰੋਪਰ ਗੱਡੀ ਚੈੱਕ ਹੋ ਕੇ ਜਾ ਰਹੀ ਆ। ਕੀ ਇਹਨਾਂ ਦੇ ਪਾਸ ਵਗੈਰਾ ਵੀ ਬਣਾਏ ਹੋਏ ਕੋਈ, ਜਿਹਨਾਂ ਨੇ ਗੱਡੀਆਂ ਅੰਦਰ ਜਾਣੀ ਜਾਂ ਮੀਡੀਆ ਵਾਲੇ ਹੋ ਗਏ ਕੋਈ, ਇਹਨਾਂ ਦੇ ਪਾਸ ਵਗੈਰਾ ਵੀ ਇਹਨੂੰ ਦਿੱਤੇ ਹੋਏ? ਪਾਸ ਬਣੇ ਹੋਏ ਨੇ, ਬਣੇ ਹੋਏ ਪਾਸ। ਪੂਰੀ ਜਿਹੜੀ ਸਿਕਿਉਰਿਟੀ ਦੇ ਪ੍ਰਬੰਧ ਇਸ ਟਾਈਮ ਕੀਤੇ ਹੋਏ ਨੇ ਜਲੰਧਰ ਦੇ ਵਿੱਚ, ਪੂਰੀ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਪੂਰੀ ਸਖਤਾਈ ਜਿਹੜੀ ਕੀਤੀ ਹੋਈ ਹੈ ਜਲੰਧਰ ਦੇ ਵਿੱਚ, ਹਰ ਇੱਕ ਦੀ ਜਿਹੜੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ, ਐਂਬੂਲੈਂਸ ਵੀ ਇੰਤਜ਼ਾਮ ਜਿਹੜੇ ਕੀਤੇ ਹੋਏ ਆ, ਪੂਰੀ ਫੋਰਸ ਜਿਹੜੀ ਬਾਹਰੋਂ ਵੀ ਫੋਰਸ ਮੰਗਾ ਲਈ ਆ ਕਿ ਕੋਈ ਇੱਦਾਂ ਦੀ ਸਿਕਿਉਰਿਟੀ ਦੇ ਵਿੱਚ ਚੁੱਕ ਨਾ ਹੋ ਜਾਵੇ। ਕਿ ਪਿਛਲੀ ਵਾਰ ਜਿੱਦਾਂ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਰੈਲੀ ਸੀ, ਉਹਨਾਂ ਨੂੰ ਰੈਲੀ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਵਾ ਉਹ ਬੜਾ ਐਕਸ਼ਨ ਹੋਇਆ ਸੀਗਾ ਕਿ ਰੈਲੀ ਦੇ ਵਿੱਚ ਚੁੱਕ ਕਿੱਦਾਂ ਹੋਈ ਆ, ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਚੁੱਕ ਕਿੱਦਾਂ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੇ ਅੱਜ ਜਲੰਧਰ ਦੇ ਵਿੱਚ ਬਹੁਤ ਵੱਡੀ ਇੱਕ ਰੈਲੀ ਕੀਤੀ ਜਾ ਰਹੀ ਹੈ। ਕੱਲ੍ਹ ਪਟਿਆਲੇ ਦੇ ਵਿੱਚ ਵੀ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ। ਜਲੰਧਰ ਦੇ ਵਿੱਚ ਵੀ ਪੁਖਤਾ ਪ੍ਰਬੰਧ ਕੀਤੇ ਗਏ, ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ। ਸਪੈਸ਼ਲ ਗੁਜਰਾਤ ਤੋਂ ਜਿਹੜੀ ਆ ਫੋਰਸ ਮੰਗਾਈ ਗਈ ਆ, ਪੰਜਾਬ ਪੁਲਿਸ ਅਤੇ ਗੁਜਰਾਤ ਦੀ ਪੁਲਿਸ ਜਿਹੜੇ ਆ ਜਵਾਨ ਜਿਹੜੇ ਡਿਊਟੀ ਬੜੀ ਸਖਤ ਤਰੀਕੇ ਦੇ ਨਾਲ ਨਿਭਾ ਰਹੇ ਆ, ਸਿਕਿਉਰਿਟੀ ਨੂੰ ਦੇਖਦੇ ਹੋਏ ਐਸ ਵੀ ਸਿਕਿਉਰਿਟੀ ਦੇ ਵਿੱਚ ਕੋਈ ਚੂਕ ਨਾ ਹੋ ਜਾਵੇ, ਇਸ ਕਰਕੇ ਬਾਹਰੋਂ ਜਿਹੜੀ ਕਾਫੀ ਫੋਰਸ ਮੰਗਾਈ ਹੈ। ਜਲੰਧਰ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਨਰਿੰਦਰ ਭਾਈ ਮੋਦੀ ਦੀ। ਪਿਛਲੀ ਵਾਰ ਵੀ ਫਿਰੋਜ਼ਪੁਰ ਦੇ ਵਿੱਚ ਇੱਕ ਰੈਲੀ ਸੀਗੀ, ਉਸਦੇ ਵਿੱਚ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਬਹੁਤ ਜਿਹੜੀਆਂ ਪੰਜਾਬ ਪੁਲਿਸ ਦੇ ਉੱਤੇ ਜਿਹੜੇ ਗੱਲਾਂ ਹੋ ਰਹੀਆਂ ਸੀ ਕਿ ਸਿਕਿਉਰਿਟੀ ਦੇ ਵਿੱਚ ਜਿਹੜੀ ਚੂਕ ਕੀਤੀ ਗਈ, ਉਸ ਟਾਈਮ ਜਲੰਧਰ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਇੱਕ ਰੈਲੀ ਕੀਤੀ ਹੈ ਨਰਿੰਦਰ ਭਾਈ ਮੋਦੀ ਵੱਲੋਂ, ਅਤੇ ਗੁਜਰਾਤ ਦੇ ਵਿੱਚੋਂ ਕਾਫੀ ਫੋਰਸ ਜਿਹੜੀ ਜਲੰਧਰ ਦੇ ਵਿੱਚ ਮੰਗਵਾਈ ਗਈ ਆ।